ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 15 ਤਰੀਕ ਨੂੰ ਮਤਲਬ ਜਿਹੜੀ ਆ ਇਲੈਕਸ਼ਨ ਹੋਈ ਹੈ ਉਹਦੇ ਵਿੱਚ ਬਿਨਾਂ ਮੁਕਾਬਲੇ ਮਤਲਬ ਜੇ ਸਨ ਇਹ ਪੰਚਾਇਤ ਦੇ ਵਿੱਚ ਪੰਚ ਚੁਣੇ ਗਏ ਸਨ। ਬਹੁਤ ਸੋਹਣੇ ਮਤਲਬ ਸਿਹਤ ਸੀ, ਸਭ ਕੁਛ ਠੀਕ ਸੀ। ਘਰ ਦੇ ਵਿੱਚ ਤਕਰੀਬਨ ਜਿੰਨੇ ਜੀ ਸਨ ਸਾਰੇ ਸੁਖਮਨੀ ਸਾਹਿਬ ਦਾ ਰੋਜ਼ ਦਾ ਇੱਕ ਪਾਠ ਕਰਦੇ ਸਨ। ਤਿੰਨ ਚਾਰ ਹੀ ਸੁਖਮਨੀ ਸਾਹਿਬ ਦੇ ਪਾਠ ਰੋਜ਼ ਇਹਨਾਂ ਦੇ ਘਰ 'ਚ ਹੁੰਦੇ। ਮਹਾਰਾਜ ਬਹੁਤ ਮੰਨਣ ਵਾਲੇ ਸਨ, ਗੁਰੂ ਘਰ ਦੇ ਵਿੱਚ ਪੂਰੀ ਸ਼ਰਧਾ ਰੱਖਦਾ ਸੀ ਪਰਿਵਾਰ। ਪਰ ਅਚਾਨਕ ਸਵੇਰੇ 5:30 ਵਜੇ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਵਾ, ਫਟਾਫਟ ਲੈ ਕੇ ਹਸਪਤਾਲ ਗਏ ਆ ਫਤਿਹਗੜ੍ਹ ਚੂੜੀਆਂ। ਪਰ ਉੱਥੇ ਡਾਕਟਰਾਂ ਨੇ ਮਤਲਬ ਜਵਾਬ ਦੇ ਦਿੱਤਾ ਵੀ ਖਤਮ ਹੋ ਚੁੱਕੀ ਆ। ਸਾਡੇ ਪਿੰਡ ਵਿੱਚ ਸਮਰਾਏ 2 ਵਿੱਚ 2 ਮਹੀਨੇ ਦੇ ਵਿੱਚ ਪਹਿਲੀ ਮੌਤ 18/8 'ਚ ਹੋਈ ਸੀ। ਅੱਜ ਪੂਰੇ ਮਤਲਬ 2 ਮਹੀਨੇ ਹੋਏ ਆ, 7ਵੀਂ ਮੌਤ ਪਿੰਡ 'ਚ ਹੋ ਚੁੱਕੀ। ਇੱਕ ਦਾ ਭੋਗ ਪੈਂਦਾ ਵਾ, ਦੂਜੇ ਦੀ ਮੌਤ ਹੋ ਜਾਂਦੀ ਹੈ, ਕੋਈ ਪਤਾ ਨਹੀਂ ਕਿੱਧਰ। ਪਿੰਡ 'ਚ 7 ਮੌਤਾਂ ਅੱਜ ਹੋ ਗਈਆਂ ਨੇ 2 ਮਹੀਨਿਆਂ ਦੇ ਵਿੱਚ। ਪਤਾ ਨਹੀਂ ਪਰਮਾਤਮਾ ਨੂੰ ਕੀ ਸਾੜ ਸਤੀ ਸਾਡੇ ਪਿੰਡ ਦੇ ਵਿੱਚ ਮਤਲਬ ਜਿਹੜੀ ਹੋ ਰਹੀ ਆ। ਅੱਜ ਹੀ ਅਸੀਂ ਸਾਰੇ ਪਿੰਡ ਨੇ ਸਲਾਹ ਕਰਕੇ ਅਤੇ ਅੱਜ ਅਖੰਡ ਪਾਠ ਗੁਰਦੁਆਰਾ ਸਾਹਿਬ 'ਚ ਪਿੰਡ ਦੇ ਸਰਬੱਤ ਦੇ ਭਲੇ ਵਾਸਤੇ ਰਖਾਉਣਾ ਸੀ। 11 ਵਜੇ ਅਖੰਡ ਪਾਠ ਰਖਾਉਣਾ ਸੀ। 6 ਵਜੇ ਸਾਨੂੰ ਖਬਰ ਮਿਲ ਗਈ ਕਿ ਮਤਲਬ ਮੌਤ ਹੋ ਗਈ ਬੀਬੀ ਸੁਰਜੀਤ ਕੌਰ ਦੀ, ਜਿਹੜੇ ਕਿ ਇੱਕ ਬਹੁਤ ਹੀ ਸੂਝਵਾਨ ਪਰਿਵਾਰ ਅਤੇ ਨਿੱਘੇ ਸੁਭਾਅ ਦੇ ਸਨ, ਜਿਨ੍ਹਾਂ ਦਾ ਅੱਜ ਮਤਲਬ ਸਾਨੂੰ ਵਿਛੋੜਾ ਹੋ ਗਿਆ ਵਾ। ਪਰਿਵਾਰ ਨੂੰ ਸਾਰੇ ਮਤਲਬ ਨਗਰ ਨੂੰ ਬਹੁਤ ਹੀ ਸਾਨੂੰ ਦੁੱਖ ਹੋਇਆ ਵਾ। ਸਾਰਾ ਪਿੰਡ ਸੋਗ ਦੇ ਵਿੱਚ ਡੁੱਬਿਆ ਪਿਆ ਅਤੇ ਪਤਾ ਨਹੀਂ 7 ਮੌਤਾਂ ਹੋ ਗਈਆਂ ਨੇ, ਗਾਂਹ ਕਿਹਦੀ ਵਾਰੀ ਆ ਜਾਣੀ, ਕੋਈ ਸਮਝ ਨਹੀਂ ਆਉਣ ਡਈ। ਜੂ ਅਸੀਂ ਪੁਰਾਣੇ ਰੀਤੀ ਰਿਵਾਜ਼ਾਂ ਨੂੰ ਗੁਰੂਆਂ ਦਿਆਂ ਨੂੰ ਅਸੀਂ ਭੁੱਲਦੇ ਜਾਣ ਡੇ ਹਾਂ, ਤੂੰ ਤੂੰ ਅਸੀਂ ਦੁਖੀ ਹੋਈ ਜਾਣ ਡੇ ਹਾਂ। ਇਹਨੀ ਦੁਖਦਾਈ ਘਟਨਾ ਜਿਹੜੀ ਹੈ ਬਿਆਨ ਨਹੀਂ ਕੀਤੀ ਜਾਂਦੀ, ਜਿੰਨਾ ਸਾਰੇ ਤੁਸੀਂ ਵੇਖ ਰਹੇ ਹੋ ਕਿ ਸਾਰਾ ਪਿੰਡ ਟੁਕਿਆ ਪਿਆ ਇੱਥੇ। ਅਤੇ 2 ਦਿਨ ਪਹਿਲਾਂ 15 ਤਰੀਕ ਨੂੰ ਜਿਹੜੀ ਇਲੈਕਸ਼ਨ ਹੋਈ ਹੈ ਉਹਦੇ ਵਿੱਚ ਬਿਲਕੁਲ ਨਿਰਵਿਘਨ ਬਿਨਾਂ ਮੁਕਾਬਲੇ ਇਹ ਮਤਲਬ ਪੰਚ ਚੁਣੇ ਗਏ ਸੀ। ਪਰ ਪਰਮਾਤਮਾ ਨੂੰ ਜੋ ਪਾਇਆ ਉਹ ਹੋ ਗਿਆ ਵਾ ਪਾਣਾ ਮਹਾਰਾਜ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਕਿ ਮਾਤਾ ਸੁਰਜੀਤ ਕੌਰ ਜੀ ਪੂਰੇ ਹੋਏ ਨੇ, ਮੈਂ ਉਹਨਾਂ ਦੀ ਬੇਟੀ ਹਾਂ। ਮੇਰੀ ਵੋਟ ਇੱਥੇ ਬਣੀ ਸੀ, ਮੈਂ ਪਾਉਣ ਆਈ ਹਾਂ, ਕੱਲ੍ਹ ਹੀ ਮੈਥੋਂ ਗਈ ਹਾਂ, ਬਿਲਕੁਲ ਠੀਕ ਠਾਕ ਹੀ। ਅੱਜ ਅਚਾਨਕ ਮੈਨੂੰ 6 ਵਜੇ ਫੋਨ ਗਿਆ, 5 ਵਜੇ ਉਹਨਾਂ ਪੂਰੇ ਹੋ ਗਏ ਨੇ। ਇੱਕਦਮ ਉਹਨਾਂ ਨੂੰ ਦਿਲ ਦਾ ਦੌਰਾ ਪੈ ਗਿਆ, ਸਾਨੂੰ ਤਾਂ ਆਪ ਕੁਛ ਨਹੀਂ ਪਤਾ ਲੱਗਣ ਡਿਆ, ਕੁਛ ਮਤਲਬ ਸੁੱਝਣ ਨਹੀਂ ਡਿਆ। ਬਹੁਤ ਦੁਖਦਾਈ ਘਟਨਾ ਹੋਈ ਹੈ। ਵਾਹਿਗੁਰੂ ਜੀ ਕਾ ਖਾਲਸਾ। ਹਾਂਜੀ, ਅੱਜ ਸਾਡੇ ਸਤਿਕਾਰਯੋਗ ਜਦੋਂ ਸਾਡੇ ਚਾਚੀ ਵੀ ਲੱਗਦੇ ਹਨ ਅਤੇ ਮਾਮੀ ਹਨ ਰਿਸ਼ਤੇਦਾਰੀ ਸਾਡੇ, ਉਹ ਬਿਨਾਂ ਮੁਕਾਬਲਾ ਜਿਹੜੇ ਪੰਛੀ ਨੇ ਉਹ ਇੱਥੇ ਚੁਣੇ ਗਏ ਨੇ। ਬਹੁਤ ਸਾਡਾ ਪਰਿਵਾਰ ਹੀ ਜਿਹੜਾ ਚਲੋ ਸਾਰੇ ਨਗਰ ਨਾਲ ਹੀ ਬੜੀ ਸਾਂਝ ਰੱਖਦਾ, ਅਤੇ ਇਹ ਵੀ ਬਿਨਾਂ ਮੁਕਾਬਲਾ ਦਿੱਤੇ ਗਏ ਇਹਨਾਂ ਦਾ। ਅੱਜ ਅਚਾਨਕ ਹੀ ਮੈਂ ਤਾਂ ਜਦੋਂ ਸਵੇਰੇ 6:30 ਵਜੇ ਪਿੰਡੋਂ ਫੋਨ ਗਿਆ, ਮੈਂ ਅੰਮ੍ਰਿਤਸਰ ਰਹਿੰਦਾ, ਅਤੇ ਚਾਚਾ ਜੀ ਦੇ ਬੇਟੇ ਦਾ ਫੋਨ ਗਿਆ ਵੀ ਆਹ ਮਤਲਬ ਘਟਨਾ ਹੋ ਗਈ ਆ। ਬੜਾ ਮਨ ਨੂੰ ਦੁੱਖ ਲੱਗਾ, ਬੜਾ ਚਾਅ ਸੀ ਉਹਨਾਂ ਨੂੰ ਵੀ ਅਸੀਂ ਮਤਲਬ ਨਵੀਂ ਪੰਚਾਇਤ 'ਚ ਜਾਣਾ ਅਤੇ ਪਿੰਡ ਦੇ ਜਿਹੜੇ ਅਸੀਂ ਕਈ ਸੁਪਨੇ ਉਹਨਾਂ ਸਮਝੋਏ ਕਿ ਵਿਕਾਸ ਕਰਾਂਗੇ, ਅਤੇ ਉਹ ਸਾਰੀਆਂ ਧਰੀਆਂ ਧਰਾਈਆਂ ਰਹਿ ਗਈਆਂ। ਅਤੇ ਸਾਡੇ ਜਿੱਦਾਂ ਸਾਡੇ ਅੰਕਲ ਜੀ ਨੇ ਦੱਸਿਆ ਕਿ ਸਾਡੇ ਪਿੰਡ 'ਚ ਅੱਗੇ ਵੀ ਕਾਫੀ ਲਗਾਤਾਰ ਆ, 2 ਮਹੀਨੇ ਦੇ ਵਿੱਚ ਕਾਫੀ ਲਗਾਤਾਰ ਹੀ ਮੌਤਾਂ ਹੋ ਰਹੀਆਂ। ਅਤੇ ਨਗਰ ਦੀ ਸਾਧ ਸੰਗਤ ਨੇ ਅੱਜ ਗੁਰਦੁਆਰਾ ਸਾਹਿਬ ਅਖੰਡ ਪਾਠ ਸਾਹਿਬ ਵੀ ਕਰਵਾਉਂਦਾ, ਚਲੋ ਉਹ ਤਾਂ ਇਹ ਜੋ ਹੋ ਰਿਹਾ ਹੋ ਤਾਂ ਪਰਮਾਤਮਾ ਦੇ ਹੁਕਮ 'ਚ ਹੀ ਰਿਹਾ। ਪਰ ਇਹੋ ਜਿਹੇ ਟਾਈਮ 'ਤੇ ਇਹੋ ਹੀ ਆ ਵੀ ਆਪਾਂ ਪਰਮਾਤਮਾ ਦਾ ਜਿੰਨਾ ਵੀ ਪਰਮਾਤਮਾ ਨੂੰ ਚੇਤੇ ਕਰਾਂਗੇ ਅਤੇ ਪਰਮਾਤਮਾ ਜਿਹੜੀ ਅਰਦਾਸ ਕਰਾਂਗੇ ਕਿ ਨਗਰ ਵਿੱਚ ਸੁੱਖ ਸ਼ਾਂਤੀ ਰੱਖੇ ਅਤੇ ਗਾਂ ਜਿਹੜਾ ਆ ਪਰਿਵਾਰਾਂ ਵਿੱਚ ਸੁਖੀ ਵਸਣ ਸਾਰੇ, ਅਤੇ ਭਾਣਾ ਮੱਲਣ ਦਾ ਜਿਹੜਾ ਬਲ ਬਖਸ਼ੇ ਪਰਿਵਾਰਾਂ ਨੂੰ। ਠੀਕ ਹੈ।